ਕੋਰੋਨਾ ਦੇ ਨਵੇਂ ਵੇਰੀਐਂਟ ਓਮਿਕਰੋਨ ਨੇ ਜਿੱਥੇ ਦੁਨੀਆ ਭਰ ਵਿੱਚ ਮੁੜ ਤੋਂ ਨਵੀਂ ਮੁਸੀਬਤ ਪੈਦਾ ਕਰ ਦਿੱਤੀ ਹੈ, ਉੱਥੇ ਹੀ ਪੰਜਾਬ ਅੰਦਰ ਇਸ ਦੀ ਦਸਤਕ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਵਡਵਾਲਾ ਦੇ ਸਰਕਾਰੀ ਹਾਈ ਸਕੂਲ ਦੀ ਸਾਇੰਸ ਅਧਿਆਪਕਾ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਨਾਲ ਡਰ ਦਾ ਮਾਹੌਲ ਪੈਦਾ ਹੈ, ਕਿਉਂਕਿ ਇਹ ਅਧਿਆਪਕ ਲਗਾਤਾਰ ਸਕੂਲ ਵਿੱਚ ਪੜ੍ਹਾ ਰਹੀ ਸੀ, ਜਿਸ ਕਰਕੇ ਡਰ ਹੈ ਕਿ ਕਿਤੇ ਸਕੂਲ ਵਿੱਚ ਵਾਇਰਸ ਨਾ ਫੈਲ ਗਿਆ ਹੋਵੇ। ਉੱਥੇ ਹੀ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੀ ਲਾਪਰਵਾਹੀ ਦੇਖੋ ਕਿ ਸਕੂਲ ਨੂੰ ਬੰਦ ਕਰਕੇ ਸੈਂਪਲਿੰਗ ਸ਼ੁਰੂ ਨਹੀਂ ਕੀਤੀ ਗਈ। ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ 9 ਦਸੰਬਰ ਨੂੰ ਮੋਬਾਈਲ ਰਾਹੀਂ ਰਿਪੋਰਟ ਮਿਲੀ ਹੈ। ਇਸ ਦੀ ਸੂਚਨਾ ਸਿਹਤ ਮਹਿਕਮੇ ਨੂੰ ਦਿੱਤੀ ਗਈ ਹੈ ਅਤੇ ਉਹ ਕੱਲ੍ਹ ਤੋਂ ਸੈਂਪਲਿੰਗ ਸ਼ੁਰੂ ਕਰਨਗੇ। ਇਸ ਮੌਕੇ 'ਤੇ ਜ਼ਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਮੇਂ ਸਮੇਂ ਸਿਰ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ। ਅਧਿਆਪਕਾਂ ਦੇ ਪੋਜ਼ਿਟਿਵ ਆਉਣ ਦੀ ਸੂਚਨਾ ਸਿਹਤ ਮਹਿਕਮੇ ਨੂੰ ਦਿੱਤੀ ਗਈ ਹੈ। ਅਵਤਾਰ ਸਿੰਘ, ਤੁਸੀਂ ਇਸ ਸਕੂਲ 'ਚ ਕੀ ਲੱਗੇ ਹੋਏ ਹੋ? ਮੈਂ ਮੁੱਖ ਅਧਿਆਪਕ। ਅਵਤਾਰ ਸਿੰਘ ਜੀ, ਆਪਣੇ ਸਕੂਲ ਦੀ ਕੋਈ ਟੀਚਰ ਕੋਰੋਨਾ ਪੋਜ਼ਿਟਿਵ ਵੀ ਆਈ ਹੈ? ਹਾਂਜੀ, ਉਹਨਾਂ ਦੀ ਅੱਜ ਸਵੇਰੇ ਮੈਨੂੰ 8:15 ਵਟਸਐਪ 'ਤੇ ਰਿਪੋਰਟ ਆਈ ਹੈ ਕੋਰੋਨਾ ਪੋਜ਼ਿਟਿਵ ਦੀ। ਉਹਨਾਂ ਨੇ ਮੋਹਾਲੀ 6-6 ਨੈਕਸਟ ਤੋਂ ਟੈਸਟ ਕਰਵਾਇਆ। ਅਤੇ ਉਹ ਕਿੱਥੋਂ ਬਿਲੋਂਗ ਕਰਦੇ ਆ? ਉਹ ਖਰੜ ਤੋਂ ਬਿਲੋਂਗ ਕਰਦੇ। ਕੀ ਨਾਮ ਹੈ ਉਹਨਾਂ ਦਾ? ਸ਼੍ਰੀਮਤੀ ਸ਼ਾਲੂ ਸ਼ਰਮਾ, ਸਾਇੰਸ ਮਿਨਿਸਟਰਸ। ਇਸ ਸੰਬੰਧ 'ਚ ਤੁਸੀਂ ਸਿਹਤ ਵਿਭਾਗ ਨੂੰ ਕੋਈ ਸੂਚਨਾ ਦਿੱਤੀ? ਹਾਂਜੀ, ਅਸੀਂ ਆਪਣਾ ਹੈਲਥ ਸੈਂਟਰ ਆਨੰਦਪੁਰ ਕਲੌਟ, ਉਹਨਾਂ ਨੂੰ ਫੋਨ 'ਤੇ ਸੂਚਨਾ ਦਿੱਤੀ। ਸਾਡੇ ਕੱਲ੍ਹ ਨੂੰ ਬੱਚਿਆਂ ਦੇ ਅਤੇ ਸਟਾਫ ਦੇ ਸੈਂਪਲ ਲਏ ਜਾਣਗੇ। ਅਤੇ ਇਸ ਸੰਬੰਧ ਦੇ ਵਿੱਚ ਕੋਈ ਸਿਹਤ ਵਿਭਾਗ ਨੂੰ ਵੀ ਸੂਚਨਾ ਦਿੱਤੀ ਹੈ? ਨਾ, ਸੋਰੀ, ਉਹ ਆਪਣੇ ਸਿੱਖਿਆ ਵਿਭਾਗ ਨੂੰ। ਅਸੀਂ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੂੰ ਆਪਣਾ ਪੱਤਰ ਲਿਖ ਕੇ ਨਾਲ ਰਿਪੋਰਟ ਲਾ ਕੇ ਵਟਸਐਪ 'ਤੇ ਨੰਬਰ ਸੁਪਰਡੈਂਟ ਅਜੇਸ਼ ਸ਼ਰਮਾ ਜੀ ਨੂੰ ਭੇਜ ਚੁੱਕੇ ਹਾਂ। ਅਤੇ ਇਹ ਸਕੂਲ ਆਪਾਂ ਮਤਲਬ ਬੰਦ ਇਸ ਕਰਕੇ ਨਹੀਂ ਕਰਿਆ ਵੀ ਕੋਈ ਟੈਸਟ ਵਗੈਰਾ ਕਰਾਉਣੇ ਆ ਬੱਚਿਆਂ ਦੇ? ਨਹੀਂ, ਅੱਜ ਸਾਡੇ ਪੇਪਰ ਹੋ ਰਹੇ, ਰਿਪੋਰਟ ਅੱਜ ਆਏ। ਸਰਕਾਰੀ ਹਾਈ ਸਕੂਲ ਬਡਵਾਲਾ ਆਪਣੇ ਜ਼ਿਲ੍ਹੇ ਦਾ ਪਿੰਡ ਹੈ ਜੀ, ਉੱਥੇ ਇੱਕ ਟੀਚਰ ਕਰੋਨਾ ਪੋਜ਼ਿਟਿਵ ਆਇਆ ਅਤੇ ਉਹ ਪਿਛਲੇ ਸਮੇਂ ਦੌਰਾਨ ਸਕੂਲ 'ਚ ਪੜ੍ਹਾਉਂਦੇ ਵੀ ਰਹੇ ਨੇ। ਕਿ ਉੱਥੇ ਸਕੂਲ ਦੇ ਵਿੱਚ ਹੁਣ ਇਸ ਟਾਈਮ ਕੀ ਸਥਿਤੀ, ਕੀ ਕਰਿਆ ਜਾਊਗਾ ਸਿੱਖਿਆ ਵਿਭਾਗ ਨੂੰ? ਇਸ ਤਰ੍ਹਾਂ ਜੀ, ਜੋ ਹਦਾਇਤਾਂ ਮੁੱਖ ਸਕੱਤਰ ਜੀ ਦੀਆਂ ਨੇ ਪੰਜਾਬ ਸਰਕਾਰ ਵੱਲੋਂ ਨੇ, ਔਰ ਹਰ ਵਿਭਾਗ ਦੀ ਜਿਹੜੀ ਹੈਗੀ ਹੈ ਇਹਦੇ ਇਤਿਆਦ ਵਜੋਂ ਸਾਡੇ ਵੱਲੋਂ ਸੈਂਪਲਿੰਗ ਕਰਵਾਈ ਜਾ ਰਹੀ ਹੈ। ਹਰ ਜ਼ਿਲ੍ਹੇ ਵਿੱਚ ਉਹ ਸੈਂਪਲਿੰਗ ਹੋ ਰਹੀ ਹੈ ਔਰ ਹਰ ਸਕੂਲਾਂ ਵਿੱਚ ਜਿਹੜੀ ਸਿਹਤ ਵਿਭਾਗ ਦੇ ਨਾਲ ਮਿਲ ਕੇ ਸੈਂਪਲਿੰਗ ਪਹਿਲਾਂ ਹੀ ਕਰਵਾਈ ਜਾ ਰਹੀ ਹੈ। ਬਹੁਤ ਇਤਿਆਦ ਰੱਖਿਆ ਜਾ ਰਿਹਾ ਹੈ ਕਿ ਇਹਦਾ ਫੈਲਾਅ ਨਾ ਹੋਏ ਕਰੋਨਾ ਵਾਇਰਸ ਦਾ। ਜਿੱਥੋਂ ਤੱਕ ਐਡਵਾਈਜ਼ਰੀ ਦਾ ਸਵਾਲ ਹੈ ਕਿ ਕੋਈ ਅਧਿਆਪਕ ਅਗਰ ਅਨਫਾਰਚੂਨੇਟਲੀ ਕੋਈ ਪੋਜ਼ਿਟਿਵ ਹੋ ਜਾਂਦਾ ਹੈ ਤਾਂ ਉਹਦੇ ਲਈ ਵੀ ਪਹਿਲਾਂ ਹੀ ਸਾਡੇ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ, ਤਾਂ ਉਸੇ ਪ੍ਰੋਟੋਕੋਲ ਅਨੁਸਾਰ ਹੀ ਸਕੂਲ ਦੀ ਜਿਹੜੀ ਹੈਗੀ ਹੈ ਸੈਨੇਟਾਈਜੇਸ਼ਨ ਔਰ ਸਕੂਲ ਦੇ ਬੱਚਿਆਂ ਦੀ ਸੈਂਪਲਿੰਗ ਜਿਹੜੀ ਹੈਗੀ ਹੈ ਪਹਿਲ ਦੇ ਆਧਾਰ 'ਤੇ ਕਰਵਾਈ ਜਾਂਦੀ ਹੈ। ਨਾ ਤੂੰ ਫੇਰ ਝੰਡਾ ਚੁੱਕ ਲਿਆ, ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ, ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ਼ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ? ਸਵਾ, ਕਰਜ਼ਾ ਮਾਫ਼ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜ੍ਹਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ, ਆਟਾ ਦਾਲ ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ, ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ, ਬਥੇਰਾ ਕੁਝ ਹੋਇਆ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।